ਨੇ ਭਾਰਤੀ ਕਿਸਾਨ ਜੀ ਨੇ ਕ੍ਰਾਂਤੀਕਾਰੀ ਵੱਲੋਂ ਬਲਾਕ ਫਤਿਹਗੜ੍ਹ ਚੂੜੀਆਂ 'ਚੋਂ ਪਿੰਡ ਦਾਬਾਂ ਵਾਸਤੋਂ ਆਪਾਂ ਟਰੈਕਟਰ ਮਾਰਚ ਕੱਢ ਰਹੇ ਹਾਂ। ਅਸੀਂ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਦੇ ਰੋਸ ਵਿੱਚ ਜੋ ਅੱਜ ਤੱਕ 59 ਦਿਨ ਹੋ ਗਏ ਸਾਡੇ ਕਿਸਾਨ ਉੱਥੇ ਬੈਠੇ ਆ ਮੋਦੀ ਸਰਕਾਰ ਦੇ ਕੰਮ 'ਤੇ ਜੂਨ ਨਹੀਂ ਸਰਕਰੀ ਉਹਦੇ ਵਿਰੋਧ ਵਿੱਚ ਅਸੀਂ ਹੁਣ ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰ ਰਹੇ ਹਾਂ ਵੀ ਆਪਾਂ ਪਿੰਡੋ ਪਿੰਡੀ ਜਾ ਕੇ ਮਾਰਚ ਕਰ ਰਹੇ ਹਾਂ ਪਿੰਡਾਂ 'ਚੋਂ ਦੁਨੀਆ ਨੂੰ ਤਿਆਰ ਕਰ ਰਹੇ ਹਾਂ ਵੀ ਆਪਾਂ 26 ਜਨਵਰੀ ਤੋਂ ਪਹਿਲਾਂ ਦਿੱਲੀ ਪਹੁੰਚੀਏ ਅਤੇ ਉਹ ਜਿਹੜਾ ਮਾਰਚ ਵਾ ਉਹ ਆਪਾਂ 26 ਜਨਵਰੀ ਨੂੰ ਟਰੈਕਟਰਾਂ ਦਾ ਕਰਨਾ ਵਾ। ਸੋ ਮੋਦੀ ਨੂੰ ਦੱਸ ਦੇਵਾਂਗੇ ਵੀ ਮੋਦੀ ਕੋਈ ਸਟੇਟ ਹੈਗੀ ਆ ਜੋ ਤੇਰਾ ਵਿਰੋਧ ਕਰਦੀ ਆ, ਇੰਨੀਆਂ ਸਟੇਟਾਂ ਜਿਹਨੇ ਕਿੰਨੇ ਕਾਨੂੰਨ ਵਾਏ ਕਿਸੇ ਸਟੇਟ ਨੇ ਵਿਰੋਧ ਨਹੀਂ ਕੀਤਾ, ਪਰ ਅੱਜ ਪੂਰਾ ਹਿੰਦੁਸਤਾਨ ਜਿਹੜਾ ਉਹ ਪੰਜਾਬ ਦੇ ਨਾਲ ਵਾ ਅਤੇ ਸਾਨੂੰ ਪੂਰਾ ਇਹ ਹੱਕ ਵਾ, ਆਪਣੀ ਲੜਾਈ ਅਸੀਂ ਜਿੱਤਾਂਗੇ ਅਤੇ ਲੜ ਕੇ ਜਿੱਤਾਂਗੇ ਨਾਲ। ਲੋਹੜੀ ਦਾ ਅਤੇ 26 ਜਨਵਰੀ ਦਾ ਕੀ ਹੈਗਾ ਤੁਹਾਡੇ ਕੋਲ? ਲੋਹੜੀ ਦਾ ਇਹ ਆ ਵੀ ਜੋ ਲੋਹੜੀ ਆਪਾਂ ਅੱਗੇ ਮਨਾਉਂਦੇ ਹਾਂ ਐਤਕਾ ਆਪਾਂ ਕਾਲੀ ਲੋਹੜੀ ਮਨਾ ਰਹੇ ਹਾਂ, ਲੋਹੜੀ ਵਾਲੇ ਦਿਨ ਆਪਾਂ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਕਰਾਂਗੇ ਮੋਦੀ ਸਰਕਾਰ ਦਾ। 26 ਜਨਵਰੀ ਨੂੰ ਜਿਹੜਾ ਵੱਡਾ ਮਾਰਚ ਕੱਢਿਆ, 26 ਜਨਵਰੀ ਜੋ ਵੱਡਾ ਮਾਰਚ ਕਰ ਰਿਹਾ ਉਹ ਮੈਂ ਪਹਿਲਾਂ ਵੀ ਕਹਿ ਚੁੱਕਾ ਵਾਂ ਵੀ ਪੂਰੇ ਪੰਜਾਬ 'ਚੋਂ, ਪੂਰੇ ਹਰਿਆਣੇ 'ਚੋਂ, ਪੂਰੇ ਦੇਸ਼ 'ਚੋਂ ਟਰੈਕਟਰ ਉੱਥੇ ਆ ਰਹੇ ਆ, ਬਹੁਤ ਵੱਡੀ ਤਾਦਾਦ ਟਰੈਕਟਰ ਆ ਜਾਣਗੇ, ਮੋਦੀ ਨੂੰ ਸੰਭਾਲਣੇ ਔਖੇ ਹੋ ਜਾਣਗੇ। ਸੋ ਅਸੀਂ ਉਹ ਜਿਹੜਾ ਮਾਰਚ ਵਾ ਨਾ 26 ਜਨਵਰੀ ਜਿਹੜੀ ਪਰੇਡ ਹੁੰਦੀ ਆ ਉਹ ਟਰੈਕਟਰਾਂ ਨਾਲ ਕਰਾਂਗੇ।